अयोध्या विच बाबरी मस्जिद दी थां बनाई गई राम मंदिर दा उद्घाटन कल 5 अगस्त दा हो चुका है। प्रधानमंत्री नरेंद्र मोदी ने राम मंदिर निर्माण वास्ते भूमि पूजन कीता ते नींह पत्थर रख्या। नींह पत्थर रखण तों बाद उन्हां ने अपने संबोधन विच कहा कि यह मेरी खुशकिस्मती है कि ट्रस्ट ने मैनू इस इतिहासक पल वास्ते सद्दा दिता। अज सदियां दा इंतजार खत्म होया है अते पूरा भारत भावुक है। इस उद्घाटनी समागम दे विच जिथे बहुत सारे सनातनी लोग पहुंचे सन उथे ही श्री अकाल तख्त साहिब दे जथेदार ज्ञानी हरप्रीत सिंह नूं भी सद्दा पत्र भेजा गया सी। इस सद्दा पत्र विच जथेदार ज्ञानी हरप्रीत सिंह नूं इस समागम दे विच शिरकत करन वास्ते कहा गया सी। चर्चा विच रहण वाले तख्त पटना साहिब दे साबका जथेदार इकबाल सिंह तां इस मौके इस समागम दे विच पहुंचे, पर जथेदार हरप्रीत सिंह ने पंथक हितां दी तर्जमानी करदे हुए इस समागम तों पासा वट लिया। इस बाबत जदों उन्हां कोलों पुछया गया कि ओह क्यों नहीं गए तां उन्हां ने दो टुक जवाब दे दिता कि उन्हां ने कोई सद्दा पत्र पढ़िया ही नहीं है। हिंदुस्तान टाइम्स की खबर मुताबक अकाल तख्त एक्टिंग जथेदार ज्ञानी हरप्रीत सिंह ऑन ट्यूजडे श्रग्ड ऑफ द इनवाइट टू द भूमि पूजन ऑफ द राम टेंपल इन अयोध्या। द इनविटेशन सेंट बाय द श्री राम जन्मभूमि तीर्थ क्षेत्र ट्रस्ट वॉज डिलीवर्ड बाय राष्ट्रीय सिख संगत द सिख विंग ऑफ प्रो हिंदुत्व ऑर्गेनाइजेशन राष्ट्रीय स्वयंसेवक संघ ऑन मंडे आफ्टरनून। When asked if he would be attending the event on August 5, the Jathedar said, I haven't read the invitation. When told that the contents of the invitation had been published in the newspapers, he said, I have not read the newspapers. ਇਸ ਤੋਂ ਪਹਿਲਾਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਸਤੇ ਜਥੇਦਾਰ ਤੱਕ ਸੱਦਾ ਪੱਤਰ ਆਇਆ ਸੀ ਜੋ ਕਿ ਰਾਸ਼ਟਰੀ ਸਿੱਖ ਸੰਗਤ ਦੇ ਮੈਂਬਰਾਂ ਵੱਲੋਂ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਦਿੱਤਾ ਗਿਆ। ਰਾਸ਼ਟਰੀ ਸਿੱਖ ਸੰਗਤ ਦੇ ਪੰਜਾਬ ਪ੍ਰਚਾਰਕ ਡਾਕਟਰ ਸੰਦੀਪ ਸਿੰਘ ਤੇ ਕਈ ਹੋਰ ਆਗੂ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚੇ ਸੀ। ਉਹਨਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗੈਰ ਮੌਜੂਦਗੀ ਵਿੱਚ ਇਹ ਸੱਦਾ ਪੱਤਰ ਉਹਨਾਂ ਦੇ ਦਫ਼ਤਰ ਵਿੱਚ ਮੌਜੂਦ ਇੱਕ ਅਧਿਕਾਰੀ ਨੂੰ ਦਿੱਤਾ ਸੀ। ਅਸੀਂ ਅੱਜ ਅਯੋਧਿਆ ਦੇ ਵਿੱਚ ਜਿਹੜਾ ਮੰਦਿਰ ਨਿਰਮਾਣ ਹੋ ਗਿਆ ਜਿਹਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਆ ਕੇ ਭੂਮੀ ਪੂਜਨ ਕਰ ਰਹੇ ਨੇ, ਉਹਦੇ ਸੰਬੰਧ ਵਿੱਚ ਇੱਕ ਨਿਮੰਤਰਣ ਪੱਤਰ ਅਸੀਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਦੇਣ ਆਏ ਹਾਂ ਜੀ। ਇਹ ਨਿਮੰਤਰਣ ਪੱਤਰ ਪੰਜਾਬ ਵਿੱਚ ਗਿਣੇ ਚੁਣੇ ਬੰਦਿਆਂ ਨੂੰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਸਾਡੇ ਜਥੇਦਾਰ ਸਾਹਿਬ ਇੱਕ ਸੀ। ਇਹਦੇ ਨਾਲ ਨਾਲ ਰਾਸ਼ਟਰੀ ਸਿੱਖ ਸੰਗਤ ਵੱਲੋਂ ਇੱਕ ਸ਼ੁਕਰਾਨਾ ਅਖੰਡ ਪਾਠ ਰੱਖਿਆ ਗਿਆ ਉਹਦੇ ਅਯੋਧਿਆ ਦੇ ਵਿੱਚ ਇੱਕ ਗੁਰਦੁਆਰੇ ਦੇ ਵਿੱਚ। ਉਹ 7 ਤਰੀਕ ਨੂੰ ਉਹਦਾ ਭੋਗ ਪਏਗਾ। ਅਸੀਂ ਚਾਹੁੰਦੇ ਹਾਂ ਵੀ ਜਥੇਦਾਰ ਸਾਹਿਬ ਉੱਥੇ ਆ ਕੇ ਅਰਦਾਸ ਕਰਨ, ਆਪਣੇ ਮੁੱਖੋਂ ਸਨਮੁੱਖੋਂ ਕੁਝ ਸੰਗਤਾਂ ਨੂੰ ਕੁਛ ਆਪਣੇ ਵਿਚਾਰ ਦੇ। ਇਹ ਹਿੰਦੂ ਸਿੱਖ ਏਕਤਾ ਇੱਕ ਵੱਡਾ ਪ੍ਰਤੀਕ ਹੈ। ਰਾਸ਼ਟਰੀ ਸਿੱਖ ਸੰਗਤ ਵੱਲੋਂ ਹਮੇਸ਼ਾ ਹੀ ਇਹ ਮੰਦਰ ਨਿਰਮਾਣ ਦੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਇਹਦੇ ਨਾਲ ਨਾਲ ਅਸੀਂ 5 ਸਰੋਵਰਾਂ ਦਾ ਜਲ ਲੈ ਕੇ ਅਸੀਂ ਰਾਸ਼ਟਰੀ ਸਿੱਖ ਸੰਗਤ ਅਯੋਧਿਆ ਜਾ ਰਹੀ ਹਾਂ। ਉੱਥੇ ਅਸੀਂ ਭੂਮੀ ਪੂਜਨ ਦੇ ਵਿੱਚ ਆਪਾਂ ਯੋਗਦਾਨ ਵੀ ਪਾਵਾਂਗੇ, ਉੱਥੇ ਜਾ ਕੇ ਨਮਨ ਵੀ ਕਰਾਂਗੇ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵੀ ਜ਼ਰੂਰ ਦੱਸ ਦਈਏ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਰਾਸ਼ਟਰੀ ਸਿੱਖ ਸੰਗਤ ਖਿਲਾਫ਼ ਹੁਕਮਨਾਮਾ ਵੀ ਜਾਰੀ ਹੋ ਚੁੱਕਾ ਹੈ ਜੋ 2004 ਵਿੱਚ ਜਾਰੀ ਹੋਇਆ ਸੀ। ਰਾਸ਼ਟਰੀ ਸਿੱਖ ਸੰਗਤ ਅਸਲ ਵਿੱਚ RSS ਯਾਨੀ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਹੀ ਇੱਕ ਸ਼ਾਖਾ ਹੈ ਅਤੇ RSS ਸਿੱਖ ਕੌਮ ਨੂੰ ਹਿੰਦੂ ਧਰਮ ਦਾ ਅੰਗ ਮੰਨਦੀ। ਸੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਸੱਦੇ ਨੂੰ ਪ੍ਰਵਾਨ ਨਾ ਕਰਕੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਹੀ ਕੀਤੀ ਹੈ ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ TV। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ TV ਵੀ ਲਾਈਕ ਤੇ ਫੋਲੋ ਕਰ ਲਓ।